ਸਵਾਗਤ ਹੈ ਜੀ ਸਾਰੇ ਵੀਰਾਂ ਦਾ ਤੁਹਾਡੇ ਆਪਣੇ ਚੈਨਲ ਕロップ ਕੇਅਰ ਦੇ ਵਿੱਚ ਭਾਰਤ ਸਰਕਾਰ ਨੇ ਕਣਕ ਦੀਆਂ ਕੀਮਤਾਂ ਵਿੱਚ 40 ਰੁਪਏ ਕਿਵਾਂਟਲ ਦਾ ਵਾਧਾ ਕੀਤਾ ਹੈ ਪਿਛਲੇ ਸਾਲ 1975 ਰੁਪਏ ਸੀ 40 ਰੁਪਏ ਦੇ ਵਾਧੇ ਨਾਲ 2015 ਰੁਪਏ ਕਿਵਾਂਟਲ ਦਾ ਰੇਟ ਕੀਤਾ ਗਿਆ ਅਸਲ ਵਿੱਚ ਜਦੋਂ ਮਗੇਹਾਈ ਵਾਧੀ ਹੈ ਤਾਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ਨੇ ਮਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਂਦਾ ਉਸੇ ਤਰ੍ਹਾਂ ਫਸਲ ਦੇ ਐਮਐਸਪੀ ਵਿੱਚ ਵੀ ਵਾਧਾ ਕੀਤਾ ਜਾਂਦਾ ਤਾਂ ਕਿ ਜਿਹੜੀ ਆਮਦਨ ਆਓ ਸਥਿਰ ਰਹਿ ਸਕੇ पर ਕਿਸਾਨਾਂ ਨਾਲ ਇਸ ਤਰ੍ਹਾਂ ਨਹੀਂ ਹੋਇਆ ਜਾਪਦਾ ਜਿੱਥੇ ਖਾਦਾਂ ਦਵਾਈਆਂ ਤੇ ਡੀਜ਼ਲ ਦੇ ਰੇਟ ਵਧੇ ਨੇ ਲੇਬਰ ਦੇ ਰੇਟ ਵਧੇ ਨੇ ਖੇਤੀ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਦੇ ਰੇਟ ਵਧੇ ਨੇ ਉੱਥੇ 40 ਰੁਪਏ ਨਾਲ ਕਿਸਾਨਾਂ ਦੀ ਜਿਹੜੀ ਆਮਦਨੀ ਆ ਉਹ ਪਹਿਲਾਂ ਵਾਲੀ ਵੀ ਨਹੀਂ ਰਹੇਗੀ ਖੈਰ ਜੋ ਕੀਮਤਾਂ ਤੈਅ ਹੋਈਆਂ ਮੈਂ ਦੱਸਣਾ ਜ਼ਰੂਰੀ ਸਮਝਿਆ ਬਹੁਤ ਬਹੁਤ ਧੰਨਵਾਦ